ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਤੁਸੀਂ? ਮੈਂ ਘਲੋਟੀ ਪਿੰਡ ਦੀ ਰਹਿਣ ਵਾਲੀ ਹਾਂ ਜੀ। ਤੇ ਤੁਸੀਂ ਆ ਜਿਹੜਾ ਨਸ਼ਾ ਕੀਤਾ ਤੁਹਾਨੂੰ ਸਿੰਘਾਂ ਨੇ ਫੜਿਆ, ਹਾਂਜੀ, ਇਹ ਕਾਹਤੋਂ ਕਰਦੇ ਹੋ ਤੁਸੀਂ? ਇਹ ਵੀਰ ਜੀ ਮੇਰਾ ਵਿਆਹ ਹੋਇਆ ਸੀਗਾ, ਠੀਕ ਆ, ਮੇਰੇ ਵਿਆਹ ਨੂੰ 5 ਸਾਲ ਹੋ ਗਏ, 4 ਸਾਲ ਹੋ ਗਏ ਮੇਰੇ ਘਰ ਵਾਲੇ ਨੇ ਮੈਨੂੰ ਨਸ਼ੇ 'ਤੇ ਲਾਤਾ। ਕਿਉਂ ਲਾਇਆ? ਇਸ ਕਰਕੇ ਕਿ ਮੈਂ ਉਹਨੂੰ ਆਉਂਦੀ ਹੁੰਦੀ ਸੀ, ਮੈਂ ਤੇਰੇ ਘਰਦਿਆਂ ਨੂੰ ਦੱਸਦੀ ਹਾਂ। ਨਹੀਂ, ਉਹ ਖੁਦ ਨਸ਼ਾ ਕਰਦਾ ਸੀ? ਉਹ ਖੁਦ ਨਸ਼ਾ ਕਰਦਾ ਸੀ। ਕਿਹੜਾ ਨਸ਼ਾ ਕਰਦੇ ਹੋ? ਚਿੱਟਾ, ਠੀਕ ਹੈ ਜੀ। ਮੈਂ ਉਹਨੂੰ ਸਮਝਾਉਣਾ, ਮੈਂ ਕਹਿਣਾ ਗੁਰਪਿਆਰ ਵੀ ਨਾ, ਨਸ਼ਾ ਨਾ ਕਰਿਆ ਕਰ, ਵੀ ਆਪਣੀ ਜ਼ਿੰਦਗੀ ਤਬਾਹ ਹੋ ਜੂ, ਮੇਰਾ ਬੱਚਾ ਸੀ ਅਪਾਹਜ, ਪਹਿਲਾਂ ਮੈਂ ਵਿਆਹੀ ਸੀਗੀ, ਠੀਕ ਆ। ਉਸ ਤੋਂ ਬਾਅਦ ਪਹਿਲਾਂ ਜਿਹੜਾ ਮੇਰਾ ਬੰਦਾ ਸੀ ਨਾ, ਉਹ ਕਿਸੇ ਹੋਰ ਜਨਾਨੀ ਨਾਲ ਗੱਲ ਸੀਗੀ, ਅਤੇ ਉਹਨੇ ਆਪਦੀ ਸਹਿਮਤੀ ਨਾਲ ਨਹੀਂ, ਉਹਦੇ ਘਰਦਿਆਂ ਨੇ ਵੀ ਧੱਕੇ ਨਾਲ ਮੇਰੇ ਨਾਲ ਵਿਆਹ ਕਰਾਤਾ ਸੀਗਾ। ਉਹਦੇ 'ਚੋਂ ਮੇਰਾ ਅਪਾਹਜ ਬੱਚਾ ਸੀ, 9.5 ਸਾਲ ਦਾ ਹੋ ਗਿਆ ਸੀਗਾ, 1.5 ਸਾਲ ਹੋ ਗਿਆ ਪੂਰੇ ਹੋਏ ਨੇ ਉਹਨੂੰ। ਅਤੇ ਉਹ ਬੰਦੇ ਨੇ ਪਹਿਲਾਂ ਸਵੀਕਾਰ ਕਰਦੇ ਸੀਗੇ ਵੀ ਅਸੀਂ ਤੇਰੇ ਬੱਚੇ ਨੂੰ ਐਕਸੈਪਟ ਕਰਦੇ ਹਾਂ। ਜਦੋਂ ਪੜ੍ਹਾਈ ਦਾ ਟਾਈਮ ਆਇਆ ਉਦੋਂ ਉਹਨਾਂ ਨੇ ਆਖਿਆ ਅਸੀਂ ਬਗਾਨਾ ਖੂਹ ਨਹੀਂ ਪੜ੍ਹਾ ਸਕਦੇ, ਠੀਕ ਆ। ਇਸੇ ਵਿੱਚ ਉਹ ਮੁੰਡਾ ਨਸ਼ਾ ਕਰਨ ਲੱਗ ਗਿਆ ਘਰ ਵਾਲਾ ਮੇਰਾ। ਉਹਨੂੰ ਮੈਂ ਸਮਝਾਉਂਦੀ ਰਹੀ ਵੀ ਗੁਰਪਿਆਰ ਨਸ਼ਾ ਨਾ ਕਰ ਨਾ ਕਰ। ਉਹਨੇ ਆਖਿਆ ਮੈਂ ਤੇਰਾ ਦੇਣਾ ਹੀ ਕੀ ਆ, ਮੈਂ ਉਹਨੇ 2 ਦਿਨ ਰੋਟੀ ਨਾ ਖਾਣੀ ਕਿਉਂਕਿ ਅਸੀਂ ਲਾਭ ਮਿਰਚ ਕਰਾਈ ਸੀ ਇੱਕ ਦੂਜੇ ਨੂੰ ਵੇਖ ਕੇ, ਠੀਕ ਆ। ਉਹਨੇ ਮੈਨੂੰ ਨਸ਼ੇ 'ਤੇ ਲਾਤਾ ਵੀ ਇਹ ਮੈਨੂੰ ਨਾ ਆਖੂਗੀ ਨਾ ਮੇਰੇ ਮਾਂ ਪਿਓ ਨੂੰ ਆਖੂਗੀ। ਜਦੋਂ ਮੈਨੂੰ ਨਸ਼ੇ 'ਚ ਲਾਤਾ ਉਦੋਂ ਮੇਰੇ ਘਰਦਿਆਂ ਨੂੰ ਫੋਨ ਕਰਤਾ ਵੀ ਆਪਦੀ ਕੁੜੀ ਨੂੰ ਲੈ ਜਵਾ ਕੇ ਨਸ਼ੇ ਕਰਨ ਲੱਗ ਗਈ ਆ, ਵੀ ਆਪਦੀ ਕੁੜੀ ਨੂੰ ਲੈ ਜਵਾ ਕੇ ਨਸ਼ਾ ਕਰਨ ਲੱਗ ਗਈ ਆ। ਜਦੋਂ ਮੇਰੇ ਘਰਦਿਆਂ ਨੇ ਆਖਿਆ ਵੀ ਕੁੜੀ ਬਾਹਰ ਜਾਂਦੀ ਆ, ਕਹਿੰਦਾ ਨਹੀਂ ਕੁੜੀ ਬਾਹਰ ਨਹੀਂ ਜਾਂਦੀ। ਜਦੋਂ ਮੇਰੇ ਘਰਦਿਆਂ ਨੇ ਆਖਿਆ ਮੇਰੀ ਮਾਂ ਨੇ ਕੁੜੀ ਘਰੇ ਕੋਈ ਆਉਂਦਾ ਗਾ, ਅਤੇ ਕਹਿੰਦਾ ਘਰੇ ਕੋਈ ਨਹੀਂ ਆਉਂਦਾ ਗਾ। ਮੰਮੀ ਕਹਿੰਦੀ ਕੁੜੀ ਬਾਹਰ ਨਹੀਂ ਜਾਂਦੀ, ਘਰੇ ਕੋਈ ਆਉਂਦਾ ਨਹੀਂ ਗਾ, ਅਤੇ ਨਸ਼ਾ ਦਿੰਦਾ ਕੌਣ? ਕਹਿੰਦਾ ਮੰਮੀ ਮੈਂ। ਕਹਿੰਦਾ ਫਿਰ ਸਾਡੀ ਕੁੜੀ 'ਚ ਕਿਵੇਂ ਕਿਉਂ ਗਲਤੀ ਕਹਿੰਦੇ ਆ, ਤੂੰ ਨਸ਼ੇ 'ਤੇ ਲਾਇਆ ਗਾ। ਉਹਨੇ ਆਪ ਨਸ਼ੇ 'ਤੇ ਲਾ ਕੇ ਵੀਰ ਜੀ ਮੈਨੂੰ ਤਲਾਕ ਦਿੱਤਾ। ਮੁਲਾਜ਼ਮਾਂ ਬਾਰੇ ਦੱਸੋ ਤੁਸੀਂ, ਮੁਲਾਜ਼ਮ ਨਸ਼ਾ ਤੁਸੀਂ ਕਿੱਥੋਂ ਲੈਂਦੇ ਹੋ? ਦੌਲਿਆਲ ਤੋਂ ਵੀਰ ਜੀ। ਕਿਹੜੇ ਘਰੋਂ ਲੈਂਦੇ ਹੋ? ਉੱਥੇ ਸਾਰੇ ਘਰ ਵੇਚਦੇ ਆ। ਕੀ ਨਾਮ ਵੀਰ ਜੀ ਤੁਹਾਡਾ? ਮੇਰਾ ਨਾਮ ਰਾਜਾ ਸਿੰਘ ਖਗਰਾਣਾ ਜੀ, ਸੇਵਾਦਾਰ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਜ਼ਿਲ੍ਹਾ ਮੋਗਾ, ਦਮਦਮੀ ਟਕਸਾਲ। ਆ ਜਿਹੜੀ ਬੱਚੀ ਲਿਆਉਂਦੀ ਫੜ ਕੇ ਤੁਸੀਂ, ਕੀ ਕਾਰਨ ਇੱਥੇ ਲਿਆਉਣ ਦਾ ਤੁਹਾਡਾ? ਇਹਨਾਂ ਕਾਫੀ ਦਿਨਾਂ ਤੋਂ ਸਾਨੂੰ ਪਤਾ ਲੱਗਾ ਸੀਗਾ ਜੀ ਵੀ ਸਰ ਇੱਕ ਚਿੱਟਾ ਪੀਲਾ ਲੜਕੀ ਨੂੰ ਫੜ ਕੇ ਲਿਆਉਂਦਾ ਗਿਆ। ਰੁਪਿੰਦਰ ਕੌਰ ਮਿਲੀ ਹੈ, ਅਸੀਂ ਪਤਾ ਕਰਦੇ ਹਾਂ ਕਿਵੇਂ ਜਿਹੜੀ ਵੀ